ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ। ਸੰਗਤ ਕਹਿ ਰਹੀ ਹੈਗੀ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਕਮਰੇ ਦੇ ਪੂਰੇ ਸਾਨੂੰ ਦਰਸ਼ਨ ਕਰਾਓ, ਤੁਸੀਂ ਕਿੱਦਾਂ ਬਣਾਇਆ ਹੈਗਾ। ਸੋ ਇੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈਗਾ, ਤੁਸੀਂ ਦੇਖ ਸਕਦੇ ਆ। ਤੇ ਇਹ ਬਾਬਾ ਜੀ ਦਾ ਸੁਖਾਸਨ ਦਾ ਸਥਾਨ ਹੈਗਾ। ਤੇ ਜਦੋਂ ਰਾਤ ਨੂੰ ਸੁਖਾਸਨ ਕਰੀਦਾ ਤੇ ਇੱਥੇ ਵਾਈਟ ਚਾਦਰ ਵਿਛਾ ਦੀਦੀ ਹੈ। ਜਿਹੜੀ ਵਾਈਟ ਚਾਦਰ ਹੈਗੀ ਆ ਉਹ ਮੈਨੂੰ ਪਤਾ ਨਹੀਂ ਸੀ ਕਿ ਵਾਈਟ ਚਾਦਰ ਵਿਛਾਉਂਦੇ ਹੈਗੇ ਸੁਖਾਸਨ ਦੇ ਟਾਈਮ। ਜਦੋਂ ਮੈਂ ਗੁਰਦੁਆਰੇ ਗਈ ਦਿੱਲੀ ਸ਼ੀਸ਼ਗੰਜ ਸਾਹਿਬ, ਤੇ ਮੈਂ ਬਾਹਰ ਬੈਠ ਕੇ ਸੁਖਾਸਨ ਦੇ, ਉਹਨਾਂ ਨੇ ਉੱਥੇ ਉਹ ਲੌਕ ਲਾਇਆ, ਦਰਵਾਜ਼ਾ ਖੋਲ੍ਹਦੇ ਨਹੀਂ ਹੈਗੇ ਸੰਗਤ ਵਾਸਤੇ। ਤੇ ਮੈਂ ਜਪਜੀ ਸਾਹਿਬ ਦੇ ਪਾਠ, ਮੇਰੀ ਆਦਤ ਹੈ ਜਿੱਥੇ ਵੀ ਮੈਂ ਸੁਖਾਸਨ ਦਾ ਸਥਾਨ ਹੁੰਦਾ ਉਹਦੇ ਬਾਹਰ ਬੈਠ ਕੇ ਜਪਜੀ ਸਾਹਿਬ ਦੇ ਪਾਠ ਜਿੰਨੇ ਵੀ ਮਹਾਰਾਜ ਕਰਾ ਲੈਣ ਮੈਂ ਕਰਦੀ ਰਹਿੰਦੀ ਹੁੰਦੀ ਹਾਂ। ਅਤੇ ਮੈਂ ਘੰਟਾ ਦੋ ਘੰਟੇ ਉੱਥੇ ਜਪਜੀ ਸਾਹਿਬ ਦੇ ਪਾਠ ਕਰਦੀ ਰਹੀ। ਅਤੇ ਮੈਨੂੰ ਇੱਕ ਲੇਡੀ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਅਤੇ ਕਹਿੰਦੀ ਕਿ ਅੰਦਰ ਆ ਜਾ, ਤੇਰੀ ਸ਼ਰਧਾ ਮੈਂ ਉਦੋਂ ਦੀ ਦੇਖ ਰਹੀ ਹੈਗੀ ਹਾਂ, 2 ਘੰਟੇ ਹੋ ਗਏ ਤੂੰ ਚੌਂਕੜਾ ਲਾਇਆ ਹੈਗਾ ਇੱਥੇ। ਅਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਜਿੱਥੇ ਸੁਖਾਸਨ ਦਾ ਸਥਾਨ ਸੀ ਉੱਥੋਂ ਨਵੀਆਂ 2 ਚਾਦਰਾਂ ਕੱਢ ਕੇ ਦਿੱਤੀਆਂ ਅਤੇ ਕਹਿੰਦੀ ਭੈਣੇ ਇਹ ਚਾਦਰਾਂ ਜਦੋਂ ਤੂੰ ਸੁਖਾਸਨ ਕਰਨਾ ਹੁੰਦਾ ਉੱਥੇ ਵਿਛਾ ਲਿਆ ਕਰ। ਤਾਂ ਮੈਂ ਇਹ ਹੈਰਾਨ ਹੋ ਗਈ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਗੁਰਦੁਆਰੇ 'ਚ ਜਾ ਕੇ ਕਿ ਇਹ ਮਾਤਾ ਨੂੰ ਕਿਵੇਂ ਪਤਾ ਹੈਗਾ ਕਿ ਮੈਂ ਪਹਿਲਾਂ ਚਾਦਰ ਵਾਈਟ ਵਿਛਾਉਂਦੀ ਨਹੀਂ ਸੀ ਹਮੇਸ਼ਾ, ਮਹਾਰਾਜ ਦੀਆਂ ਮੈਂ ਇੱਦਾਂ ਸਿਲਕ ਦੀਆਂ ਚਾਦਰਾਂ ਲਈਆਂ ਹੋਈਆਂ ਸੀ ਉਹੀ ਵਿਛਾਉਂਦੀ ਹੁੰਦੀ ਸੀ ਸੁਖਾਸਨ ਦੇ ਸਥਾਨ 'ਤੇ, ਪਰ ਮੈਂ ਹੁਣ ਉਦੋਂ ਦੀਆਂ ਮੇਰੇ ਕੋਲ ਵਾਈਟ ਚਾਦਰਾਂ ਆ ਅਤੇ ਵਾਈਟ ਚਾਦਰ ਵਿਛਾਉਣੀ ਹੁੰਦੀ ਸੁਖਾਸਨ ਦੇ ਟਾਈਮ, ਡੇ ਟਾਈਮ ਫਿਰ ਮੈਂ ਸਿਲਕ ਦੀ ਕੋਈ ਨਾ ਕੋਈ ਚਾਦਰ ਵਿਛਾ ਦਿੰਦੀ ਹੈਗੀ ਹਾਂ। ਸੋ ਇਹ ਤੁਸੀਂ ਦੇਖ ਸਕਦੇ ਹੈਗੇ। ਆਹ ਹੈਗਾ ਝੁੰਮਰ, ਇਹਦੀ ਵੀ ਹਿਸਟਰੀ ਹੈਗੀ ਆ ਕਿ ਜਦੋਂ ਮੈਂ ਪਾਕਿਸਤਾਨ ਗਈ 2018 ਦੇ ਵਿੱਚ, ਤਾਂ ਪੂਰਾ ਕਮਰਾ ਜਿਹੜਾ ਬਾਬਾ ਦੀਪ ਸਿੰਘ ਜੀ ਮਹਾਰਾਜ ਦਾ ਸਜਾਇਆ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੂਰਾ ਪ੍ਰਕਾਸ਼ ਕੀਤਾ ਸਜਾਇਆ, ਅਤੇ ਚੰਦਵਾ ਸਾਹਿਬ ਲਗਾਇਆ ਸੀ, ਪਰ ਇਹ ਮੈਂ ਝੁੰਮਰ ਨਹੀਂ ਸੀ ਲਗਾਇਆ ਆਹ। ਅਤੇ ਉੱਥੇ ਗ੍ਰੰਥੀ ਦਾ ਹੋ ਗਿਆ ਗਲਾ ਖਰਾਬ, ਅਤੇ ਜਿਹੜਾ ਪਾਠ ਦਾ ਭੋਗ ਲੱਗੇ ਸੀ ਪਾਨ, ਅਤੇ 1426 ਅੰਗ 'ਤੇ ਜੇ ਸਲੋਕ ਸ਼ੁਰੂ ਹੀ ਲੱਗੇ ਕਰਨ, ਅਤੇ ਉਹਦਾ ਗਲਾ ਬੈਠ ਗਿਆ, ਅਤੇ ਅਸੀਂ ਸਾਰੀ ਸੰਗਤ ਬੈਠ ਕੇ ਨਾਲ ਬਾਣੀ ਪੜ੍ਹਨ ਲੱਗ ਪਏ, ਸਲੋਕ ਪੜ੍ਹਨ ਲੱਗ ਪਏ, ਅਤੇ ਪਾਠ ਦਾ ਭੋਗ ਪਾ ਦਿੱਤਾ। ਜਦੋਂ ਭੋਗ ਪਿਆ ਅਤੇ ਇਹ ਝੁੰਮਰ ਗਿਰ ਕੇ ਮੇਰੀ ਝੋਲੀ 'ਚ ਆ ਕੇ ਡਿੱਗ ਗਿਆ। ਰੋੜੀ ਸਾਹਿਬ ਗੁਰਦੁਆਰਾ ਜਦੋਂ ਗੁਰੂ ਨਾਨਕ ਸਾਹਿਬ ਨੇ 4 ਉਦਾਸੀਆਂ ਕੀਤੀਆਂ ਸੀ, ਉਸ ਟਾਈਮ ਕਾਫੀ ਸਮਾਂ ਗੁਰੂ ਨਾਨਕ ਸਾਹਿਬ ਰੋੜੀ ਸਾਹਿਬ ਗੁਰਦੁਆਰੇ ਰੋੜਿਆਂ ਦੇ ਉੱਤੇ ਬੈਠ ਕੇ ਉਹਨਾਂ ਨੇ ਬਹੁਤ ਬੰਦਗੀ ਕੀਤੀ ਸੀ, ਉੱਥੇ ਵੀ ਕਾਫੀ ਸਮਾਂ ਰਹੇ। ਇਹ ਇਤਿਹਾਸ ਹੈਗਾ ਰੋੜੀ ਸਾਹਿਬ ਗੁਰਦੁਆਰੇ ਦਾ ਪਾਕਿਸਤਾਨ ਦਾ। ਅਤੇ ਫਿਰ ਇਹ ਜਦੋਂ ਝੋਲੀ ਆ ਕੇ ਮੇਰੇ ਡਿੱਗਿਆ, ਅਤੇ ਗ੍ਰੰਥੀ ਕਹਿੰਦਾ ਵੀ ਇਹ ਮਹਾਰਾਜ ਨੇ ਤੈਨੂੰ ਹੀ ਗਿਫਟ ਦਿੱਤਾ ਆ, ਵੀ ਤੂੰ ਲੈ ਜਾ ਇਹ। ਫਿਰ ਮੈਨੂੰ ਇਸ਼ਾਰਾ ਸਮਝ ਆ ਗਿਆ ਗੁਰੂ ਨਾਨਕ ਸਾਹਿਬ ਜੀ ਦਾ ਕਿ ਇਹ ਨਹੀਂ ਮੈਂ ਲਗਾਇਆ ਸੀ। ਸੋ ਇੱਦਾਂ ਮਹਾਰਾਜ ਆਪ ਹੀ ਅਕਲਾ ਦੇ ਦਿੰਦੇ ਆ, ਜਦੋਂ ਉਹਨਾਂ ਦੇ ਬੱਚੇ ਅਣਜਾਣ ਹੁੰਦੇ ਉਹਨਾਂ ਨੂੰ ਸਮਝ ਹੀ ਨਹੀਂ ਹੁੰਦੀ ਕਿੱਦਾਂ ਮਹਾਰਾਜ ਦੀ ਸੇਵਾ ਕਰਨੀ ਆ। ਜਿੱਦਾਂ ਹੁਣ ਮੈਂ ਤੁਹਾਨੂੰ ਚਾਦਰ ਦਾ ਵੀ ਦੱਸਿਆ, ਝੁੰਮਰ ਦਾ ਵੀ ਦੱਸਿਆ, ਇਹ ਸੰਗਤ ਨੂੰ ਮੈਂ ਤਾਂ ਦੱਸ ਰਹੀ ਹਾਂ ਤਾਂ ਕਿ ਮੈਨੂੰ ਤਾਂ ਗੁਰੂ ਸਾਹਿਬ ਨੇ ਇੱਦਾਂ ਹੌਲੀ ਹੌਲੀ ਸਿਖਾਇਆ ਹੈ ਨਾ। ਅਤੇ ਜਿਹੜੇ ਕੋਈ ਵੀ ਇੱਦਾਂ ਕਮਰਾ ਬਣਾਉਣਾ ਚਾਹੁੰਦੇ ਆ, ਸੋ ਤੁਸੀਂ ਇੱਦਾਂ ਮਹਾਰਾਜ ਦਾ ਪੂਰਾ ਦੇਖ ਕੇ ਇੱਦਾਂ ਬਣਾ ਸਕਦੇ ਹੈਗੇ ਆ। ਜਿੱਦਾਂ ਕੋਈ ਬਜ਼ੁਰਗ ਆ ਜਾਂਦੇ ਤੇ ਆ ਪੀੜਾ ਵੀ ਰੱਖਿਆ ਹੈਗਾ, ਉਹਨਾਂ ਕੋਲ ਬੈਠਿਆ ਨਹੀਂ ਜਾਂਦਾ ਜ਼ਮੀਨ 'ਤੇ, ਇੱਦਾਂ ਬੈਠ ਸਕਦੇ ਹੈਗੇ ਆ, ਛੋਟਾ ਜਿਹਾ ਕੁਸ਼ਨ ਜਿਹਾ ਵਾਲਾ। ਅਤੇ ਆ ਹੀਟਰ ਵੀ ਰੱਖਿਆ, ਫੈਨ ਵੀ ਰੱਖਿਆ, ਵੈਦਰ ਦੇ ਹਿਸਾਬ ਨਾਲ ਜਿੱਦਾਂ ਦਾ ਵੈਦਰ ਹੋਵੇ ਉੱਦਾਂ ਦਾ ਤੁਸੀਂ ਫੈਨ ਚਲਾ ਸਕਦੇ ਆ ਜਾਂ ਤੁਸੀਂ ਹੀਟਰ ਔਨ ਕਰ ਸਕਦੇ ਹੈਗੇ ਆ। ਸੋ ਆ ਮਾਤਾ ਸਾਹਿਬ ਕੌਰ, ਖਾਲਸੇ ਦੀ ਮਾਂ ਮਾਤਾ ਸਾਹਿਬ ਕੌਰ ਦੀ ਆਹ ਪਿਕਚਰ ਹੈਗੀ ਆ। ਅਤੇ ਕੁਛ ਹੋਰ ਵੀ ਗੱਲਾਂ ਹੈਗੀਆਂ ਫਿਰ ਮੈਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੀ। ਸੋ ਤੁਸੀਂ ਹੁਣ ਕਮਰੇ ਦੇ ਦਰਸ਼ਨ ਕਰ ਲਏ ਹੈਗੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।